ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਹੁਤ ਮਾੜਾ ਹੋਇਆ ਜੀ, ਸਾਡਾ ਭਰਾ ਸਿੱਧੂ ਮੂਸੇਵਾਲਾ ਸਾਡੇ ਵਿੱਚ ਨਹੀਂ ਰਿਹਾ। ਸੋ ਇੰਨੀ ਭਰੀ ਜਵਾਨੀ 'ਚ ਕਿਸੇ ਪੁੱਤ ਦਾ ਆਪਦੇ ਮਾਂ ਪਿਓ ਨਾਲ ਵਿਛੜਨਾ ਬਹੁਤ ਮਾੜਾ ਹੋਇਆ। ਸਾਡੀ ਇੰਡਸਟਰੀ ਦਾ ਮਾਣ ਸੀ। ਅਤੇ ਮੈਂ ਜਿਹੜੀ ਗੱਲੋਂ ਤੁਹਾਡੇ ਨਾਲ ਲਾਈਵ ਹੋਇਆ, ਤੁਹਾਡੇ ਨਾਲ ਗੱਲ ਕਰਨ ਲੱਗਿਆ, ਇਹ ਮੀਡੀਆ ਵਾਲਿਆਂ ਨੂੰ ਮੇਰੀ ਹੱਥ ਬੰਨ੍ਹ ਕੇ ਰਿਕੁਐਸਟ ਆ ਭਰਾਓ, ਜੇ ਤੁਸੀਂ ਚੰਗਾ ਨਹੀਂ ਛਾਪ ਸਕਦੇ ਮਾੜਾ ਨਾ ਛਾਪੋ। ਪਹਿਲਾਂ ਉਹ ਜਦੋਂ ਜਿਉਂਦਾ ਸੀ ਤੁਸੀਂ ਉਹਦੇ ਬਾਰੇ ਲਿਖ ਕੇ ਜੀ ਉਹ ਐਂ ਕਰਦਾ, ਉਹ ਫਲਾਣਾ ਕਰਦਾ, ਗਵਾ ਲਿਆ। ਅੱਜ ਤੁਸੀਂ ਸੇਮ ਉਹ ਚੀਜ਼ਾਂ ਮੇਰੇ ਬਾਰੇ ਛਾਪੀ ਜਾਂਦੇ ਹੋ। ਮਨਕੀਰਤ ਔਲਖ ਦਾ ਕੋਈ ਮੈਨੇਜਰ ਸੀ ਜੀ, ਕਿਹੜਾ ਮੈਨੇਜਰ ਸੀ, ਕਿਉਂ ਝੂਠੀਆਂ ਗੱਲਾਂ ਕਿਉਂ ਐਂ ਕਰੀ ਜਾਂਦੇ ਹੋ? ਮੈਨੂੰ ਆਹ ਨਹੀਂ ਡਰ ਯਾਰ, ਠੀਕ ਆ ਮੈਨੂੰ ਕੋਈ ਮਾਰ ਜੇ ਕਰ ਜੇ, ਤੁਹਾਡਾ ਉਹ ਚੀਜ਼ ਨਾਲ ਵੀ ਰਾਂਝਾ ਰਾਜੀ ਹੁੰਦਾ ਨਾ, ਕਰ ਲਿਓ। ਸਾਰੀ ਇੰਡਸਟਰੀ ਸਦਮੇ 'ਚ ਆ ਯਾਰ, ਸਾਰਾ ਪੰਜਾਬ ਸਦਮੇ 'ਚ ਆ, ਕੀ ਹੋਇਆ ਕੀ ਨਹੀਂ। ਉੱਤੋਂ ਤੁਸੀਂ ਮੇਰੇ ਬਾਰੇ ਆਹ ਚੀਜ਼ਾਂ ਛਾਪੀ ਜਾਂਦੇ ਹੋ ਜੀ, ਕੋਈ ਮੈਨੇਜਰ, ਪਹਿਲਾਂ ਤੁਸੀਂ ਕੋਈ ਵੈਰੀਫਾਈ ਤਾਂ ਕਰ ਲਓ ਯਾਰ, ਕੌਣ ਮੈਨੇਜਰ ਕੌਣ ਨਾ ਕਰੋ ਯਾਰ। ਹੱਥ ਬੰਨ੍ਹ ਕੇ ਰਿਕੁਐਸਟ ਕਰਦਾ ਇਹ ਕੰਮ ਨਾ ਕਰੋ, ਕਿਉਂਕਿ ਬੜੀ ਇੱਜ਼ਤ ਕਰਦੇ ਆ ਤੁਹਾਡੀ ਯਾਰ। ਮੈਂ ਤਾਂ ਮੇਰੇ ਬਾਰੇ ਤਾਂ ਬਹੁਤ ਕੁਛ ਗੱਲਾਂ ਲਿਖੀਆਂ, ਮੈਂ ਤਾਂ ਕਦੇ ਰਿਪਲਾਈ ਵੀ ਨਹੀਂ ਕੀਤਾ, ਪਰ ਅੱਜ ਮੇਰੇ ਤੋਂ ਰਿਹਾ ਨਹੀਂ ਗਿਆ। ਕਿਸੇ ਦਾ ਪੁੱਤ ਮਰਿਆ ਯਾਰ, ਤੁਸੀਂ ਉੱਥੇ ਚੀਜ਼ਾਂ ਇੱਕ ਕੰਪੀਟੀਸ਼ਨ ਦੇਈ ਜਾਂਦੇ ਹੋ, ਨਾ ਕਰੋ ਯਾਰ। ਹੱਥ ਬੰਨ੍ਹ ਕੇ ਸਾਰੇ ਨਿਊਜ਼ ਚੈਨਲਾਂ ਨੂੰ ਹੱਥ ਬੰਨ੍ਹ ਕੇ ਰਿਕੁਐਸਟ। ਅਤੇ ਗੈਂਗਸਟਰ ਜਿਹੜੇ ਧੜੇਬਾਜ਼ੀਆਂ ਵੀ, ਉਹ ਗੈਂਗਸਟਰ ਜੀ ਉਹਦੇ ਉਹ ਕਲਾਕਾਰ ਉਹ ਧੜੇਬਾਜ਼ੀ ਦਾ, ਕਿਸੇ ਧੜੇਬਾਜ਼ੀ ਦੇ ਨਹੀਂ ਹੈਗੇ। ਅਸੀਂ ਮਿਹਨਤ ਕਰਕੇ ਉੱਠੇ ਹਾਂ ਭਰਾਵਾ, ਆਪਦੀ ਮਿਹਨਤ ਦੇ ਸਿਰ 'ਤੇ ਹਾਂ, ਜੋ ਹਾਂ। ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਹੁਤ ਮਾੜਾ ਹੋਇਆ ਜੀ, ਸਾਡਾ ਭਰਾ ਸਿੱਧੂ ਮੂਸੇਵਾਲਾ ਸਾਡੇ ਵਿੱਚ ਨਹੀਂ ਰਿਹਾ। ਸੋ ਇੰਨੀ ਭਰੀ ਜਵਾਨੀ 'ਚ ਕਿਸੇ ਪੁੱਤ ਦਾ ਆਪਦੇ ਮਾਂ ਪਿਓ ਨਾਲ ਵਿਛੜਨਾ ਬਹੁਤ ਮਾੜਾ ਹੋਇਆ। ਸਾਡੀ ਇੰਡਸਟਰੀ ਦਾ ਮਾਣ ਸੀ। ਅਤੇ ਮੈਂ ਜਿਹੜੀ ਗੱਲੋਂ ਤੁਹਾਡੇ ਨਾਲ ਲਾਈਵ ਹੋਇਆ, ਤੁਹਾਡੇ ਨਾਲ ਗੱਲ ਕਰਨ ਲੱਗਿਆ, ਇਹ ਮੀਡੀਆ ਵਾਲਿਆਂ ਨੂੰ ਮੇਰੀ ਹੱਥ ਬੰਨ੍ਹ ਕੇ ਰਿਕੁਐਸਟ ਆ ਭਰਾਓ, ਜੇ ਤੁਸੀਂ ਚੰਗਾ ਨਹੀਂ ਛਾਪ ਸਕਦੇ ਮਾੜਾ ਨਾ ਛਾਪੋ। ਪਹਿਲਾਂ ਉਹ ਜਦੋਂ ਜਿਉਂਦਾ ਸੀ ਤੁਸੀਂ ਉਹਦੇ ਬਾਰੇ ਲਿਖ ਕੇ ਜੀ ਉਹ ਐਂ ਕਰਦਾ, ਉਹ ਫਲਾਣਾ ਕਰਦਾ, ਗਵਾ ਲਿਆ। ਅੱਜ ਤੁਸੀਂ ਸੇਮ ਉਹ ਚੀਜ਼ਾਂ ਮੇਰੇ ਬਾਰੇ ਛਾਪੀ ਜਾਂਦੇ ਹੋ। ਮਨਕੀਰਤ ਔਲਖ ਦਾ ਕੋਈ ਮੈਨੇਜਰ ਸੀ ਜੀ, ਕਿਹੜਾ ਮੈਨੇਜਰ ਸੀ, ਕਿਉਂ ਝੂਠੀਆਂ ਗੱਲਾਂ ਕਿਉਂ ਐਂ ਕਰੀ ਜਾਂਦੇ ਹੋ? ਮੈਨੂੰ ਆਹ ਨਹੀਂ ਡਰ ਯਾਰ, ਠੀਕ ਆ ਮੈਨੂੰ ਕੋਈ ਮਾਰ ਜੇ ਕਰ ਜੇ, ਤੁਹਾਡਾ ਉਹ ਚੀਜ਼ ਨਾਲ ਵੀ ਰਾਂਝਾ ਰਾਜੀ ਹੁੰਦਾ ਨਾ, ਕਰ ਲਿਓ। ਸਾਰੀ ਇੰਡਸਟਰੀ ਸਦਮੇ 'ਚ ਆ ਯਾਰ, ਸਾਰਾ ਪੰਜਾਬ ਸਦਮੇ 'ਚ ਆ, ਕੀ ਹੋਇਆ ਕੀ ਨਹੀਂ। ਉੱਤੋਂ ਤੁਸੀਂ ਮੇਰੇ ਬਾਰੇ ਆਹ ਚੀਜ਼ਾਂ ਛਾਪੀ ਜਾਂਦੇ ਹੋ ਜੀ, ਕੋਈ ਮੈਨੇਜਰ, ਪਹਿਲਾਂ ਤੁਸੀਂ ਕੋਈ ਵੈਰੀਫਾਈ ਤਾਂ ਕਰ ਲਓ ਯਾਰ, ਕੌਣ ਮੈਨੇਜਰ ਕੌਣ, ਨਾ ਕਰੋ ਯਾਰ। ਹੱਥ ਬੰਨ੍ਹ ਕੇ ਰਿਕੁਐਸਟ ਕਰਦਾ ਇਹ ਕੰਮ ਨਾ ਕਰੋ, ਕਿਉਂਕਿ ਬੜੀ ਇੱਜ਼ਤ ਕਰਦੇ ਆ ਤੁਹਾਡੀ ਯਾਰ। ਮੈਂ ਤਾਂ ਮੇਰੇ ਬਾਰੇ ਤਾਂ ਬਹੁਤ ਕੁਛ ਗੱਲਾਂ ਲਿਖੀਆਂ, ਮੈਂ ਤਾਂ ਕਦੇ ਰਿਪਲਾਈ ਵੀ ਨਹੀਂ ਕੀਤਾ, ਪਰ ਅੱਜ ਮੇਰੇ ਤੋਂ ਰਿਹਾ ਨਹੀਂ ਗਿਆ। ਕਿਸੇ ਦਾ ਪੁੱਤ ਮਰਿਆ ਯਾਰ, ਤੁਸੀਂ ਉੱਥੇ ਚੀਜ਼ਾਂ ਇੱਕ ਕੰਪੀਟੀਸ਼ਨ ਦੇਈ ਜਾਂਦੇ ਹੋ, ਨਾ ਕਰੋ ਯਾਰ। ਹੱਥ ਬੰਨ੍ਹ ਕੇ ਸਾਰੇ ਨਿਊਜ਼ ਚੈਨਲਾਂ ਨੂੰ ਹੱਥ ਬੰਨ੍ਹ ਕੇ ਰਿਕੁਐਸਟ। ਅਤੇ ਗੈਂਗਸਟਰ ਜਿਹੜੇ ਧੜੇਬਾਜ਼ੀਆਂ ਵੀ, ਉਹ ਗੈਂਗਸਟਰ ਜੀ ਉਹਦੇ ਉਹ ਕਲਾਕਾਰ ਉਹ ਧੜੇਬਾਜ਼ੀ ਦਾ, ਕਿਸੇ ਧੜੇਬਾਜ਼ੀ ਦੇ ਨਹੀਂ ਹੈਗੇ। ਅਸੀਂ ਮਿਹਨਤ ਕਰਕੇ ਉੱਠੇ ਹਾਂ ਭਰਾਵਾ, ਆਪਦੀ ਮਿਹਨਤ ਦੇ ਸਿਰ 'ਤੇ ਹਾਂ, ਜੋ ਹਾਂ।